ਆਖਰੀ ਦਿਨ ਬੜਾ ਇੱਕ ਇੰਪੋਰਟੈਂਟ ਬਿੱਲ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਪੇਸ਼ ਕੀਤਾ ਗਿਆ। ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀਆਂ ਹਦਾਇਤਾਂ ਦੇ ਮੁਤਾਬਕ ਪੰਜਾਬ ਦਾ ਜੀ ਐੱਸ ਟੀ ਸੋਧਨਾ ਬਿੱਲ 2024 ਪੇਸ਼ ਕੀਤਾ ਗਿਆ, ਜਿਹਦੇ ਨਾਲ ਮੈਂ ਸਮਝਦਾ ਪੰਜਾਬ ਦੇ ਵਪਾਰੀਆਂ ਦੀਆਂ, ਪੰਜਾਬ ਦੇ ਉਹਨਾਂ ਸਟੇਕ ਹੋਲਡਰ ਦੀਆਂ ਜਿਹੜੇ ਵਪਾਰ ਦਾ ਕੰਮ ਕਰਦੇ ਨੇ, ਉਹਨਾਂ ਦੀਆਂ ਵੱਡੀਆਂ ਮੁਸ਼ਕਲਾਂ ਦਾ ਹੱਲ ਜਿਹੜਾ ਹੋਇਆ। ਕਿਉਂਕਿ ਜਿਵੇਂ ਐਕਸਟਰਾ ਨਿਊਟਰਲ ਅਲਕੋਹਲ ਈ ਐੱਨ ਏ ਦੇ ਉੱਤੇ ਪਹਿਲਾਂ GST ਲੱਗਦਾ ਸੀਗਾ, ਪਹਿਲਾਂ GST ਟੈਕਸ ਜਿਹੜਾ ਉਹ ENA 'ਤੇ ਲੱਗਦਾ ਸੀਗਾ, ਹੁਣ ਉਹਨੂੰ GST ਦੇ ਪ੍ਰੀਵਿਊ 'ਚੋਂ ਬਾਹਰ ਕੱਢ ਕੇ ਉਹਨੂੰ ਬੈਟ ਦੇ ਅੰਦਰ ਲਿਆਂਦਾ ਗਿਆ ਗਾ। ਇਹ ਇੱਕ ਵੱਡੀ ਚੇਂਜ ਜਿਹੜੀ ਆ ਪੰਜਾਬ 'ਚ ਹੋਈ ਹੈਗੀ। ਪਰ ਨਾਲ ਦੀ ਨਾਲ ਜਿਹੜਾ ਇੰਡਸਟਰੀਅਲ ਪਰਪਜ਼ ਦੇ ਆ, ਜਿਹੜਾ ਇੰਡਸਟਰੀਅਲ ਪਰਪਜ਼ ਦੇ ਲਈ ENA ਵਰਤਿਆ ਜਾਂਦਾ ਗਾ, ਉਹਦੇ 'ਤੇ GST ਲੱਗੂਗਾ। ਪਰ ਲੇਕਿਨ ਜਿਹੜਾ ਹਿਊਮਨ ਕੰਜਮਪਸ਼ਨ ਦੇ ਲਈ, ਯਾਨੀ ਕਿ ਅਲਕੋਹਲ 'ਚ ਵਰਤਿਆ ਜਾਂਦਾ ਗਾ, ਉਹਨੂੰ ਬੈਟ ਦੇ ਅਧੀਨ ਲਿਆਂਦਾ ਗਾ। ਵੱਡੀ ਜਿਹੜੀ ਆ ਚੇਂਜ ਹੋਈ ਆ। ਇਹਦੇ ਨਾਲ ਹੀ ਜਿਨ੍ਹਾਂ ਵਪਾਰੀਆਂ ਨੇ ਜਾਂ ਜਿਹੜੇ GST ਦੇ ਅੰਦਰ ਰਜਿਸਟਰਡ ਨੇ, ਉਹਨਾਂ ਨੇ ਆਪਣਾ ITC ਨਹੀਂ ਲਿਆ ਸੀ, ਕਿਸੇ ਨਾ ਕਿਸੇ ਕਾਰਨ ਉਹ ਨਹੀਂ ਆਪਣਾ ਫਾਰਮ ਭਰ ਸਕੇ ਸੀ ਸਮੇਂ ਦੇ ਸਿਰ, ਜਿਹੜੀ ਰਿਟਰਨ ਨਹੀਂ ਭਰ ਸਕੇ ਸੀਗੇ, ਉਹਨਾਂ ਨੂੰ ਛੋੜ ਦਿੱਤੀ ਗਈ ਆ। ਜਿਨ੍ਹਾਂ ਨੇ 30/11/2021 ਤੱਕ ਉਹ ਆਪਣਾ ITC ਜਿਹੜਾ ਇਨਪੁੱਟ ਟੈਕਸ ਕ੍ਰੈਡਿਟ ਜਿਹੜਾ ਹੈਗਾ ਉਹ ਆਪਣਾ ਕਲੇਮ ਕਰ ਸਕਦੇ ਨੇ। ਕਿ ਬਹੁਤ ਵੱਡੀ ਰਾਹਤ ਜਿਹੜੀ ਆ ਪੰਜਾਬ ਦੇ ਵਪਾਰੀਆਂ ਨੂੰ ਮਿਲ ਸਕਦੀ ਆ ITC ਰਿਟਰਨ। ਇਹਦੇ ਨਾਲ ਹੀ ਜਿੱਥੇ ਕਿਸੇ ਵਪਾਰੀ ਨੂੰ ਕੋਈ ਨੋਟਿਸ ਜਾਰੀ ਹੁੰਦਾ ਸੀ ਕਿਸੇ ਗਲਤੀ ਦੇ ਕਾਰਨ ਜਾਂ ਕਿਸੇ ਕੋਈ ਟੈਕਨੀਕਲ ਖਰਾਬੀ ਦੇ ਕਾਰਨ, ਉਹਨੂੰ ਪਹਿਲਾਂ ਸੰਮਣ ਜਾਰੀ ਹੁੰਦੇ ਸੀ ਕਿ ਇਨ ਪਰਸਨ ਪੇਸ਼ ਹੋਵੋ, ਤੁਸੀਂ ਖੁਦ ਪੇਸ਼ ਹੋਵੋ, ਜਿਹੜਾ GST ਦੇ ਅੰਦਰ ਰਜਿਸਟਰ ਹੁੰਦਾ ਸੀਗਾ। ਪਰ ਲੇਕਿਨ ਇਹ ਨਵੀਂ ਪ੍ਰੋਵੀਜ਼ਨ ਕੀਤੀ ਗਈ ਹੈ, ਅਮੈਂਡਮੈਂਟ ਕੀਤੀ ਗਈ ਹੈ ਕਿ ਹੁਣ ਖੁਦ ਪੇਸ਼ ਹੋਣ ਦੀ ਬਜਾਏ ਆਪਣੇ ਪਲੀਡਰ ਦੇ ਰਾਹੀਂ, ਆਪਣੇ ਐਡਵੋਕੇਟ ਦੇ ਰਾਹੀਂ, ਆਪਣੇ CA ਦੇ ਰਾਹੀਂ ਜਿਹੜਾ ਵਪਾਰੀ ਜਿਹੜਾ ਉਹ ਸੰਬੰਧਿਤ ਅਧਿਕਾਰੀ ਕੋਲ ਪੇਸ਼ ਹੋ ਸਕਦਾ ਗਾ। ਇਸੇ ਤਰ੍ਹਾਂ ਸੈਕਸ਼ਨ 74A ਦੇ ਵਿੱਚ ਵੱਡੀ ਅਮੈਂਡਮੈਂਟ ਹੋਈ ਆ ਕਿ ਜਿਹੜਾ ਪਹਿਲਾਂ ਰਿਟਰਨ ਰਿਪਲਾਈ ਫਾਈਲ ਕਰਨ ਦਾ ਸਮਾਂ, ਰਿਟਰਨ ਸਟੇਟਮੈਂਟ ਫਾਈਲ ਕਰਨ ਦਾ ਸਮਾਂ, ਰਿਪਲਾਈ ਫਾਈਲ ਕਰਨ ਦਾ ਸਮਾਂ 30 ਦਿਨ ਸੀਗਾ, ਉਹ ਵਧਾ ਕੇ 60 ਦਿਨ ਕੀਤਾ ਗਿਆ ਗਾ। ਸੋ ਇਹਦੇ ਨਾਲ ਮੈਂ ਸਮਝਦਾ ਵੱਡੀ ਵਪਾਰੀਆਂ ਨੂੰ ਇੱਕ ਰਾਹਤ ਆ। ਔਰ ਸਭ ਤੋਂ ਵੱਡੀ ਗੱਲ ਆ ਕਿ ਜਿਨ੍ਹਾਂ ਨੇ 2017 ਦੇ ਵਿੱਚ, ਕਿਉਂਕਿ GST ਰਜੀਮ ਜਿਹੜੀ ਆ, GST ਟੈਕਸ ਰਜੀਮ 2017 'ਚ ਆਈ ਆ, 2017-18 2019-20 ਦੇ ਵਿੱਚ, ਯਾਨੀ ਕਿ 2017 ਤੋਂ ਲੈ ਕੇ 19-20 ਤੱਕ ਜਿਨ੍ਹਾਂ ਨੇ ਕਿਸੇ ਨਾ ਕਿਸੇ ਕਾਰਨ ਆਪਣਾ ਟੈਕਸ ਦੀ ਰਿਟਰਨ ਦੇ ਵਿੱਚ ਕੋਈ ਨਾ ਕੋਈ ਖਾਮੀ ਹੋਣ ਦੇ ਕਾਰਨ ਆਪਣੀ ਟੈਕਸ ਰਿਟਰਨ ਨਹੀਂ ਭਰੀ ਜਾਂ ਟੈਕਸ ਨਹੀਂ ਭਰਿਆ, ਟੈਕਸ ਟੁੱਟ ਗਿਆ, ਉਹਨਾਂ ਨੂੰ ਵੱਡੀ ਰਾਹਤ ਦਿੱਤੀ ਆ। ਔਰ ਸਾਰੇ ਜਣੇ ਆਪਣਾ ਉਹ ਟੈਕਸ 31-25 ਤੱਕ ਭਰ ਸਕਣਗੇ। ਔਰ ਇੰਟਰਸਟ ਜਿਹੜਾ ਵਿਆਜ ਲੱਗਣਾ ਸੀ ਜਾਂ ਪੈਨਲਟੀ ਲੱਗਣੀ ਸੀ ਉਹ ਸਾਰੀ ਖਤਮ ਕੀਤੀ ਗਈ ਆ। ਹੁਣ ਸਾਰੇ ਵਪਾਰੀਆਂ ਨੂੰ ਇੱਕ ਵੱਡੀ ਜਿਹੜੀ ਰਾਹਤ ਆ ਪੰਜਾਬ 'ਚ ਮਿਲੀ ਆ ਕਿ ਉਹ ਆਪਣਾ ਟੈਕਸ ਜਿਹੜਾ ਹੈਗਾ 31-25 ਤੱਕ GST ਦਾ ਜੇਕਰ ਕੋਈ ਖਾਮੀ ਰਹੀ ਆ, ਟੈਕਸ ਨਹੀਂ ਭਰ ਸਕੇ, ਉਹ ਭਰ ਦੇਣ, ਤਾਂ ਉਹਨਾਂ ਦਾ ਇੰਟਰਸਟ 'ਤੇ ਜਿਹੜੀ ਪੈਨਲਟੀ ਆ ਉਹ ਵੇਵ ਹੋਊਗੀ, ਖਤਮ ਹੋਊਗੀ। ਥੈਂਕ ਯੂ ਜੀ। ਪਹਿਲਕਾ ਨਿਊਜ਼। ਜੇਕਰ ਸੱਚ ਲਿਖਣਾ, ਸੱਚ ਬੋਲਣਾ ਬਗਾਵਤ ਹੈ ਤਾਂ ਸਮਝੋ ਪਹਿਲਕਾ ਨਿਊਜ਼ ਬਾਗੀ ਹੈ। ਪਤਾ ਦੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਲਈ ਪਹਿਲਕਾ ਨਿਊਜ਼ ਹਰ ਟਾਈਮ ਹਰ ਵਕਤ ਤੁਹਾਡੇ ਨਾਲ ਹੈ। ਜੇਕਰ ਸਰਕਾਰਾਂ ਕਰ ਰਹੀਆਂ ਨੇ ਕਿਸਾਨਾਂ ਨਾਲ ਧੱਕਾ, ਨਹੀਂ ਸੁਣੀ ਜਾ ਰਹੀ ਗਰੀਬਾਂ ਦੀ ਗੱਲ,
ਪੰਜਾਬ ਦਾ ਇੱਕ ਬੇਧੜਕ ਨਿਰਧੜਕ ਪਹਿਲਕਾ ਨਿਊਜ਼ ਹਰ ਵਕਤ ਹਰ ਟਾਈਮ ਹਰ ਪਲ ਤੁਹਾਡੇ ਨਾਲ ਹੈ। ਜੇਕਰ ਕਿਸੇ ਨਾਲ ਹੋ ਰਹੀ ਹੈ ਬੇਇਨਸਾਫੀ, ਪ੍ਰਸ਼ਾਸਨ ਨਹੀਂ ਦੇ ਰਿਹਾ ਜਨਤਾ ਨੂੰ ਸਹੀ ਹੱਕ, ਤੁਹਾਡੀ ਆਵਾਜ਼ ਚੱਕਣ ਲਈ ਤੇ ਤੁਹਾਡੀ ਮਦਦ ਕਰਨ ਲਈ ਪਹਿਲਕਾ ਨਿਊਜ਼ ਹਰ ਟਾਈਮ ਹਰ ਵਕਤ ਤੁਹਾਡੇ ਨਾਲ। ਜੇਕਰ ਜਨਤਾ ਨਾਲ ਹੋ ਰਿਹਾ ਧੱਕਾ, ਰਾਜਨੀਤਿਕ ਨੇਤਾ ਜਾਂ ਸ਼ਰਾਰਤੀ ਆਂਸਰ ਜਨਤਾ ਨੂੰ ਕਰ ਰਹੇ ਨੇ ਪਰੇਸ਼ਾਨ, ਤੁਹਾਡੀ ਆਵਾਜ਼ ਨੂੰ ਬੁਲੰਦ ਕਰਨ ਵਾਸਤੇ ਤਹਿਲਕਾ ਨਿਊਜ਼ ਹਰ ਵਕਤ ਹਰ ਟਾਈਮ ਤੁਹਾਡੇ ਨਾਲ ਹੈ।